असलामुअलैकुम। अल्लाह ताला दी रहमत नाल अज दा व्लॉग करनी है शुरू। उस तो पहले अगर किसी पुराने चैनल सब्सक्राइब नहीं किया अपने सोने सोने तो प्यारे प्यारे तेरे चैनल नू लाजमी सब्सक्राइब कर दो। करता जो तुम अभी सब्सक्राइब नहीं करते यार लाजमी लाजमी सब्सक्राइब कर दो, फिर आप वीडियो का आगाज करते हैं। करता अज धुप काफ़ी ज़्यादा तेज़ निकली आ। असं अपने किट कैट केज के पर भी सैर से करते हैं, छापर भी सैर से करता वा। जो छापर सैर से किया ना अंदरों इन्ना ज़्यादा हबस निकलिया सगा। साड़ा जो येलो तोता ना इतने हबस की वजह तो ना लम्बे पिया होगा। संत पहले लगे ठंड लगी है, मुड़के जो परदे सैर से किए ना अंदरों इन्ना ज़्यादा हबस निकलिया सगा। हूँ कुछ अंदर ठंडी हवा आई है तो असी फैसला किया वा, साढ़े दो बल्ब चलते हैं, असं दोनों बंद कर देने अज रात तो बल्ब नहीं चलाया करने तो है ना परदे सैर से करते अंदर हवा आई है। तो हूँ माशाल्लाह कुछ ठीक आ। वो अंदर बैठा हुआ ना वह सगा इतने लम्मा पिया हो, सू तो लगा इन कुछ हो गया सर्दी की वजह तो, लेकिन जो तुम देखा तो इन्हू गर्मी लगी हुई सी। हूँ सारे परिंदे रिलैक्स होए हुए उन्होंने कोई वजह नहीं, लेकिन एक सैड न्यूज साडे रेड टेल बच्चों की ग्रोथ बिल्कुल ठीक सी। जो असं आके देखा तो एक सैड न्यूज लभी आखो यदि अख न पता नहीं की हो गया भी एक अख बंद हो गई तो एक बिल्कुल ठीक आ, बाकी आ माशाल्लाह बच्चा बिल्कुल ठीक आ। यार यार मुँह भी खोलन दिया पता नहीं की होया वा, तेरी एक अख भी बंद हुई हुई आ, उपर पता नहीं येलो येलो या की आया होया वा। ओदा सेहतमंद आ पता नहीं बेचारे नु की होया वा जो अख बिल्कुल ही बंद हुई हुई आ। हुण गर्म पानी नु धोना पैना वा, कोई दवाई दवुई देनी पैनी आ। भाई फर्क भी आ गया, तो भाई फर्क ने खुशखबरी दस दे आ। ਕੀ ਖੁਸ਼ਖਬਰੀ ਆ ਜਲਦੀ ਜਲਦੀ ਦੱਸ ਦੇ। ਹਾਏ ਆਪਣੀ YouTube ਫੈਮਿਲੀ ਵੀ ਖੁਸ਼ਖਬਰੀ ਨਹੀਂ ਦੱਸੀ ਹੈਗੀ। ਦੱਸ ਯਾਰ ਬੁਰੀਆਂ ਖਬਰਾਂ ਸੁਣ ਸੁਣ ਕੇ ਕੰਨ ਭੱਗ ਗਿਆ, ਖੁਸ਼ਖਬਰੀ ਦੱਸ ਜਲਦੀ ਕਰ। ਆਪਣੀ ਜਿਹੜੀ ਬਲੈਕ ਅਸੀਲ ਸੀ ਨਾ ਉਹ ਵੀ ਕੁੜਕ ਹੋ ਗਈ ਸੱਚੀ। ਚਿੱਟਾ ਚੋਲਾ ਸੀਵੇ ਕਰਦੀ ਸਾਡੇ ਬੁਰੇਗੀ ਸਾਡੀ ਕੁੜਕ ਹੋ ਗਈ। ਮਾਸ਼ਾਅੱਲਾ ਤੇ ਬੜੀ ਖੁਸ਼ੀ ਦੀ ਗੱਲ ਆ, ਪਹਿਲੇ ਆਪਣੀ ਸ਼ੱਬੋ ਰਾਣੀ ਕੁੜਕ ਤੇ ਬੈਠੀ ਹੋਈ ਸੀਗੀ ਤੇ ਮਾਸ਼ਾਅੱਲਾ ਜਨਾਬ ਆਪਣੀ ਬਲੈਕ ਅਸੀਲ ਦੀ ਕੁੜਕ ਹੋ ਗਈ ਆ। ਮੁਬਾਰਕਾਂ ਮੁਬਾਰਕ। ਸਾਡੇ ਕੋਲ ਕਿੰਨੇ ਅੰਡੇ ਭਲਾ? ਇਹ 14 ਹੋ ਗਿਆ। 14 ਅੰਡੇ ਸਾਡੇ ਕੋਲ ਜਮਾਂ ਵਾ ਤੇ ਅੱਜ ਅਸੀਂ 14 ਅੰਡਿਆਂ ਦੇ ਆਪਣੀ ਬਲੈਕ ਅਸੀਲ ਮੁਰਗੀ ਕੁੜਕ ਤੇ ਬਣੀ ਆ। ਮੈਂ ਜਲਦੀ ਜਲਦੀ ਅੰਡੇ ਲੈ ਕੇ ਆਇਆ। ਸ਼ਫੀਕ ਅਹਿਮਦ ਦੇ ਚਿਕਨ ਚੁੱਕ ਦੇ। ਸ਼ਫੀਕ ਅਹਿਮਦ ਰੋਟੀ ਖੋਲ ਦੇ, ਬਿਸਮਿਲ੍ਲਾ। ਬਿਰਿਆਨੀ ਆ ਕੇ ਕੋਰਮਾ ਵਾ? ਗੈਸ ਕਰੋ। ਆਲੂ ਅੰਡੇ ਬਿਰਿਆਨੀ ਆ ਕੋਰਮਾ ਵਾ? ਆਲੂ ਅੰਡੇ ਕੇ ਕਸਟਰਡ ਆ? ਕੱਲੇ ਅੰਡੇ ਆਲੂ ਵੀ ਨਹੀਂ। ਬਿਸਮਿਲ੍ਲਾ ਮਾਸ਼ਾਅੱਲਾ ਅਸੀਂ ਲਿਖ ਗਿਆ। ਅੱਛਾ ਅਸੀਂ ਲਿਖਿਆ ਇਦਾਂ ਵਾ ਜਿੱਦਾਂ ਮੁਰਗੀ ਨੇ ਇੱਥੇ ਬਹੁਤਾ ਬਹਿਣਾ ਹੁੰਦਾ ਵਾ, ਇਹਦਾ ਜਿਹੜਾ ਬੱਚਾ ਪਹਿਲੇ ਨਿਕਲਣਾ ਹੁੰਦਾ ਵਾ। ਮੁਰਗੀ ਨੇ ਕਿਹਾ ਮੈਂ ਅਸੀਲ ਆ, ਪਹਿਲੇ ਆਪਣੇ ਬਾਂਡੇ ਤੇ ਬਹੂੰਗੀ ਨਾ। ਜਦੋਂ ਬੱਚੇ ਨਿਕਲੇ ਪਤਾ ਲੱਗ ਹੀ ਜਾਣਾ ਵਾ ਕਿ ਜੋ ਕੀ ਨਿਕਲਣ ਦਿਆ ਵਾ। ਤੇ ਜਨਾਬ ਆਹ ਸਾਡੇ ਅੰਡੇ ਆ, ਅਸੀਂ ਅੰਡੇ ਸਾਰੇ ਜਮ੍ਹਾਂ ਕੀਤੇ ਸੀਗੇ। 14 13 ਵਾ ਮੈਨੂੰ ਲੱਗਦਾ, 14 ਵਾ ਪਤਾ ਨਹੀਂ ਕਿੰਨੇ, 13 14 ਅੰਡੇ ਆ। ਤੇ ਆ ਦਿਨਾਂ ਅੰਡੇ ਤੇ ਆਪਾਂ ਆਪਣੀ ਬਲੈਕ ਅਸੀਲ ਮੁਰਗੀ ਨੂੰ ਬਿਠਾਉਣਾ ਵਾ, ਤੇ ਵਲੌਗ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਤੁਸੀਂ ਲਾਜ਼ਮੀ ਦੇਖਣਾ ਵਾ, ਤੁਹਾਨੂੰ ਬਹੁਤ ਮਜ਼ਾ ਆਊਗਾ। ਲਾਜ਼ਮੀ ਦੇਖਣਾ ਵਾ। ਆਪਾਂ ਜਿਹੜਾ ਨੀਚੇ ਕਬੂਤਰ ਲੈ ਕੇ ਆਏ ਸੀ ਨਾ, 3 ਜੋੜੇ ਲੈ ਕੇ ਆਏ ਸੀ, ਇੱਕ ਸ਼ਰਾਜ਼ੀਆਂ ਦਾ, ਇੱਕ ਉੱਡਣ ਵਾਲਿਆਂ ਦਾ ਤੇ ਇੱਕ ਪਤਾ ਨਹੀਂ ਕਿੰਨਾ ਦਾ ਸੀ, ਦੇਸੀਆਂ ਦਾ ਸੀਗਾ। ਅਸੀਂ 3 ਜੋੜੇ ਉੱਪਰ ਲੈ ਗਏ ਕਿਉਂਕਿ ਉੱਪਰ ਸਾਡਾ ਖੁੱਡਾ ਬਿਲਕੁਲ ਸਾਫ਼ ਹੋ ਗਿਆ ਵਾ, ਹੁਣ ਉਹਨਾਂ ਨੂੰ ਕੋਈ ਬਿਮਾਰੀ ਨਹੀਂ ਆਈ ਹੋਈ, ਇਸ ਲਈ ਆਪਾਂ ਉਹਨਾਂ ਨੂੰ ਉੱਪਰ ਲੈ ਗਏ ਆ, ਉੱਪਰ ਹੀ ਆਪਣੇ ਅੰਡੇ ਬੱਚੇ ਕੱਢਣਗੇ। ਚਲੋ ਭਾਈ ਬਿਠਾਈਏ ਮੁਰਗੀ ਕੁੜਕ ਜਾ ਕੇ, ਪਰ ਪਰ ਚਲੋ ਆਈਏ ਆਈਏ। ਇੱਕ 75 ਕ ਪੌੜੀਆਂ ਚੜ੍ਹਨੀਆਂ ਪੈਂਦੀਆਂ, ਫੇਰ ਸਾਡਾ ਜਾ ਕੇ ਛੱਤ ਹੁੰਦੀ ਆ। ਚਲੋ 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 ਸ਼ਾਬਾਸ਼। ਚਲੋ ਜੀ फरवरी देख लो मार्च के एंड आ गए ਬਣੀ ਆ, ਹੈ ਨਾ ਭਾਈ ਬਣੀ ਆ। ਹਾਂ ਬਣੀ, ਉਹਨੂੰ ਇੰਨੀ ਗਰਮੀ ਲੱਗਣ ਦੀ ਆ, ਛਾਵੇਂ ਬੈਠੀ ਹੋਈ ਆ, ਪਤਾ ਨਹੀਂ ਕੀ ਹੋਊਗਾ ਸਾਡੇ ਪਰਿੰਦਿਆਂ ਦਾ। ਪਹਿਲੇ ਦੀ ਆਪਣੀ ਸ਼ੱਬੋ ਰਾਣੀ ਜਿਹੜੀ ਆ ਨਾ ਉਹ ਕੁੜਕ ਤੇ ਬੈਠੀ ਹੋਈ ਆ, ਉਹਦਾ ਸੈਟਅਪ ਤੇ ਸਾਰੇ ਭਰਾਵਾਂ ਨੇ ਦੇਖਿਆ ਹੀ ਹੋਇਆ ਵਾ ਤਕਰੀਬਨ ਹਰ। ਓਏ ਆ ਇੱਕ ਅੰਡਾ ਨੇ ਬਾਹਰ ਕੱਢਿਆ ਹੋਇਆ ਵਾ, ਆ ਕੀ ਹੋਇਆ ਇੱਕ ਅੰਡਾ ਬਾਹਰ ਕੱਢਿਆ ਹੋਇਆ ਇਹਨੇ ਯਾਰ, ਆ ਚੈੱਕ ਕਰ ਅੰਡਾ ਖਰਾਬ ਨਹੀਂ ਹੋ ਗਿਆ ਕਿ ਵੈਸੇ ਹੀ ਬਾਹਰ ਆ ਗਿਆ, ਕੀ ਹਿਸਾਬ ਆ? ਅੰਡਾ ਖਰਾਬ ਆ। ਹੈਂ ਖਰਾਬ? ਉਹਨੂੰ ਕਿਦਾਂ ਪਤਾ ਲੱਗਾ ਖਰਾਬ ਆ? ਮਾਂ ਉਹਨੂੰ ਪਤਾ, ਮੁਰਗੀ ਨੂੰ ਪਤਾ ਹੀ ਹੁੰਦਾ। ਮਾਸ਼ਾਅੱਲਾ ਮਾਸ਼ਾਅੱਲਾ, ਤੁਸੀਂ ਦੇਖੋ ਕਿ ਸਾਡੀ ਬਲੈਕ ਸੀਲ ਕੁੜਕ ਹੋਈ ਹੋਈ ਆ। ਉਹ ਰੱਖੋ ਹੁਣ ਇਹਨੂੰ ਅਸੀਂ ਆਪਣੇ ਅੰਡਿਆਂ ਦੇ ਬਿਠਾਉਣਾ, ਜਿਹੜੇ ਨੀਚੇ ਅਸੀਂ ਅੰਡੇ ਲੈ ਕੇ ਆਏ ਸੀ ਨਾ ਉੱਥੇ ਬਿਠਾਉਂਦੇ ਆ। ਇਸ ਕੇਜ ਦੇ ਵਿੱਚ ਆਪਣੀ ਸ਼ੱਬੋ ਰਾਣੀ ਕੁੜਕ ਦੇ ਬੈਠੀ ਹੋਈ ਆ, ਤੇ ਉਹ ਕੇਜ ਜਿਹੜਾ ਵਾ ਨਾ ਅਸੀਲ ਮੁਰਗਾ ਤੇ ਮੁਰਗੀ ਦਾ ਵਾ। ਅਸੀਂ ਉਸ ਕੇਜ ਦੇ ਵਿੱਚ ਆਪਣੀ ਅਸੀਲ ਮੁਰਗੀ ਨੂੰ ਕੁੜਕ ਤੇ ਨਹੀਂ ਬਿਠਾਉਣਾ ਹੈਗਾ, ਸਾਡੇ ਕੋਲ ਨਾ ਇੱਕ ਛੋਟਾ ਕੇਜ ਹੈਗਾ ਵਾ, ਇਹ ਸਾਡਾ ਫਿਲਹਾਲ ਟੂਲ ਬਾਕਸ ਬਣਿਆ ਹੋਇਆ ਵਾ, ਤੁਹਾਨੂੰ ਮੈਂ ਖੋਲ ਕੇ ਚੈੱਕ ਕਰਵਾਉਣਾ ਵਾ। ਇਹਦੇ ਅੰਦਰ ਅਸੀਂ ਆਹ ਸਾਰਾ ਸਿਸਟਮ ਸਾਰਾ ਸਮਾਨ ਇਹਦੇ ਅੰਦਰ ਰੱਖਿਆ ਹੋਇਆ ਵਾ, ਜਿੰਨਾ ਵਾਧੂ ਘਾਟੂ ਸਮਾਨ ਵਾ। ਤੇ ਇਸ ਕੇਜ ਦੇ ਅੰਦਰ ਆਪਾਂ ਅੱਜ ਆਪਣੀ ਬਲੈਕ ਅਸੀਲ ਮੁਰਗੀ ਨੂੰ ਕੁੜਕ ਤੇ ਬਿਠਾਉਣਾ ਵਾ। ਜਲਦੀ ਜਲਦੀ ਹੁਣ ਆਪਾਂ ਆਪਣੇ ਕੇਜ ਦੀ ਸਫਾਈ ਕਰ ਲੈਂਦੇ ਆ, ਔਰ ਉਹਦੇ ਵਿੱਚ ਸੈਟਿੰਗ ਲਾਉਂਦੇ ਆ, ਤੂੜੀ ਵਗੈਰਾ ਰੱਖਦੇ ਆ। ਉਹ ਵੀ ਤੁਹਾਨੂੰ ਤੁਹਾਡਾ ਸਾਰੀ ਅਪਡੇਟ ਸ਼ੇਅਰ ਕਰਦੇ ਆ ਕਿ ਅਸੀਂ ਆਪਣੀ ਬਲੈਕ ਅਸੀਲ ਨੂੰ
ਕੁੜਕ ਦੇ ਕਿੱਦਾਂ ਬਿਠਾ ਰਹੇ ਆ। ਜੋ ਕੁਛ ਵੀ ਕੇਜ ਦੇ ਅੰਦਰ ਪਿਆ ਸੀ ਸਾਰਾ ਕੁਛ ਕੱਢ ਕੇ ਅਸੀਂ ਬਾਹਰ ਰੱਖ ਲਿਆ ਹੋਇਆ ਵਾ ਤੇ ਇੱਟਾਂ ਉੱਟਾਂ ਅੰਦਰ ਰੱਖੀਆਂ ਜਾ ਰਹੀਆਂ ਵਾ। ਅਮਾਰ ਸੈਟਿੰਗ ਲਾਉਣ ਲੱਗਾ ਵਾ। ਸਾਨੂੰ ਲੱਗਦਾ ਵਾ ਕਿ ਸਾਡੀ ਬਲੈਕ ਅਸੀਲ ਮੁਰਗੀ ਨੇ ਇਹਦੇ ਵਿੱਚ ਬਿਲਕੁਲ ਕੰਫਰਟੇਬਲ ਰਹਿਣਾ ਵਾ ਔਰ ਅੱਛੇ ਤਰੀਕੇ ਨਾਲ ਨਾ ਉਹ ਅੰਡਿਆਂ ਤੇ ਬਹਿ ਵੀ ਸਕੂਗੀ। ਕੇਜ ਜਿਹੜਾ ਵਾ ਉਹ ਵੀ ਕਾਫੀ ਖੁੱਲਾ ਵਾ, ਜ਼ਿਆਦਾ ਤੰਗ ਨਹੀਂ ਹੈਗਾ ਤੇ ਇਹਦੇ ਵਿੱਚ ਅੱਛੇ ਤਰੀਕੇ ਨਾਲ ਸਾਡੀ ਮੁਰਗੀ ਜਿਹੜੀ ਹੈ ਨਾ ਉਹ ਕੁੜਕ ਤੇ ਬਹਿ ਜੂਗੀ। ਅਮਾਰ ਸੈਟਿੰਗ ਸ਼ੂਟਿੰਗ ਲਾਉਣ ਲੱਗਾ ਵਾ ਤੇ ਤੁਹਾਨੂੰ ਮੈਂ ਹੁਣ ਨਾ ਜ਼ਰਾ ਇੱਕ ਕਿਊਟ ਜਿਹੀ ਚੀਜ਼ ਦਿਖਾ ਕੇ ਲਿਆਉਣਾ ਵਾ। ਹਾਏ ਮਾਸ਼ਾਅੱਲਾ ਯਾਰ, ਸਾਡੇ ਬਨੀ ਦਾ ਕਿਊਟ ਕਿਊਟ ਜਿਹਾ ਤੁਸੀਂ ਬੱਚੇ ਚੈੱਕ ਕਰੋ, ਚਾਰਾ ਖਾ ਰਿਹਾ ਬੈਠੇ ਮਾਸ਼ਾਅੱਲਾ। ਪਹਿਲੇ ਤਿੰਨੋਂ ਜਣੇ ਬਾਹਰ ਬੈਠੇ ਸੀਗੇ ਤੇ ਹੁਣ ਦੋ ਡਰ ਕੇ ਨਾ ਉਹ ਵੱਡੇ ਖਰਗੋਸ਼ ਜਿਹੜੇ ਆ ਅੰਦਰ ਚਲੇ ਗਿਆ। ਸ਼ੀਲਾ ਮੈਡਮ ਜ਼ਿਆਦਾ ਨਹੀਂ ਡਰਦੀ ਹੈਗੀ, ਇਹ ਕੋਲ ਕੋਲ ਹੀ ਰਹਿੰਦੀ ਆ ਸਾਡੇ, ਲੇਕਿਨ ਜਿਹੜੇ ਨਵੇਂ ਰੈਬਿਟ ਆ ਇਹ ਹਜੇ ਥੋੜ੍ਹਾ ਜਿਹਾ ਡਰਦੇ ਆ। ਤੇ ਮਾਸ਼ਾਅੱਲਾ ਚੈੱਕ ਕਰੋ ਜਨਾਬ, ਇਹਨਾਂ ਨੇ ਦੁੱਧ ਬਿਲਕੁਲ ਛੱਡਤਾ ਹੋਇਆ ਵਾ ਤੇ ਹੁਣ ਬਿਲਕੁਲ ਅੱਛੇ ਤਰੀਕੇ ਨਾਲ ਚਾਰਾ ਖਾਣ ਲੱਗ ਪਏ। ਪਰਾਲੀ ਅਮਾਰ ਰੱਖ ਰਿਹਾ ਵਾ ਯਾਰ, ਪਰਾਲੀ ਨੇ ਸਾਡਾ ਇੰਨਾ ਕੁ ਸਾਥ ਦਿੱਤਾ ਵਾ ਨਾ। ਅਸੀਂ ਇਕੱਠੀ ਇੱਕੋ ਵਾਰੀ ਵਾਵਾ ਸਾਰੀ ਮੰਗਾ ਕੇ ਰੱਖ ਲਈ ਸੀਗੀ ਤੇ ਸਾਡੇ ਕਜ਼ਨ ਨੇ ਜੜਾਂ ਵਾਲੇ ਰਹਿੰਦਾ ਵਾ ਉਹਨੇ ਭੇਜੀ ਸੀਗੀ, ਅਸੀਂ ਉਹਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ। ਪਰਾਲੀ ਦੇ ਉੱਪਰ ਹੁਣ ਅਸੀਂ ਤੂੜੀ ਪਾਉਣ ਲੱਗੀਆਂ, ਉਹ ਵੀ ਅਸੀਂ ਨਾ ਇੱਕ ਬੋਰਾ ਮੰਗਾ ਕੇ ਰੱਖਿਆ ਸੀਗਾ ਔਰ ਤੂੜੀ ਨੇ ਵੀ ਸਾਡਾ ਬਹੁਤ ਜ਼ਿਆਦਾ ਸਾਥ ਦਿੱਤਾ। ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ, ਫਾਈਨਲੀ ਫਾਈਨਲੀ ਜਨਾਬ ਉਹ ਮਰਹਲਾ ਆ ਚੁੱਕਿਆ ਵਾ ਕਿ ਸਾਡਾ ਬੈੱਡ ਬਣ ਗਿਆ ਥੱਲੇ। ਇਹ ਪੋਲਾ ਜਿਹਾ ਬੈੱਡ ਬਣਾਉਣਾ ਸੀਗਾ ਜਿੱਦਾਂ ਆਪ ਸੋਨਾ ਰਾਤ ਨੂੰ ਰਜਾਈਆਂ ਰਜੂਈਆਂ ਲੈ ਕੇ, ਬਿਲਕੁਲ ਸਾਡੀ ਮੁਰਗੀ ਨੂੰ ਕਿਸੇ ਕਿਸਮ ਦੀ ਕੋਈ ਵੀ ਪਰੇਸ਼ਾਨੀ ਜਿਹੜੀ ਹੈ ਨਾ ਉਹ ਨਾ ਹੋਵੇ। 14 ਅੰਡੇ ਆ, ਦੋ ਫੈਂਸੀਆਂ ਦੇ ਆ, ਫੈਂਸੀਆਂ ਇੱਕ ਮੇਰੇ ਖਿਆਲ ਗੋਲਡਨ ਸਪਰਾਈਟ ਦਾ ਵਾ, ਇੱਕ ਸਿਲਵਰ ਸਪਰਾਈਟ ਦਾ ਵਾ। ਅਗਰ ਇਹਨਾਂ ਦੇ ਬੱਚੇ ਨਿਕਲੇ ਤੇ ਆਪਣੇ ਕੋਲ ਦੋ ਫੈਂਸੀ ਬੱਚੇ ਵੀ ਹੋਰ ਵੱਧ ਜਾਣਗੇ। ਬਾਕੀ ਜਨਾਬ ਅਮਾਰ ਨੇ ਅੰਡੇ ਰੱਖਣੇ ਜਿਹੜੇ ਆ ਨਾ ਉਹ ਸ਼ੁਰੂ ਕਰਤੇ ਹੋਏ। ਯਾਰ ਆਹ ਬੜਾ ਕੰਮ ਖਰਾਬ ਹੋਇਆ ਵਾ, ਅਸੀਂ ਅੰਡੇ ਰੱਖਣ ਦੇ ਸੀਗੇ ਤੇ ਅਮਾਰ ਕੋ ਨਾ ਦੋ ਅੰਡੇ ਟੁੱਟ ਗਏ ਹੋਏ, ਇਹਨਾਂ 'ਚ ਕਾਫੀ ਜ਼ਿਆਦਾ ਤੇੜ ਆ ਗਈ ਹੋਈ ਆ ਤੇ ਇਹ ਨਾ ਹੁਣ ਅਸੀਂ ਉਹਦੇ ਵਿੱਚੋਂ ਬਾਹਰ ਕੱਢਦੇ ਆ ਕਿਉਂਕਿ ਇਹਨਾਂ ਵਿੱਚੋਂ ਤਾਂ ਹੁਣ ਬੱਚੇ ਨਿਕਲਣੇ ਨਹੀਂ ਹੈਗੇ। ਅਮਾਰ ਗਿਆ ਵਾ ਜਨਾਬ ਤਾਹਾ ਦੇ ਘਰ, ਤਾਹਾ ਨੂੰ ਤੁਸੀਂ ਸਾਰੇ ਭਰਾ ਜਾਣਦੇ ਆ, ਅਮਾਰ ਦਾ ਕਜ਼ਨ, ਉਹਨੇ ਵੀ ਮੁਰਗੀਆਂ ਰੱਖੀਆਂ ਹੋਈਆਂ ਵਾ। ਉਹਦੀਆਂ ਮੁਰਗੀਆਂ ਦੇ ਤਕਰੀਬਨ 3 ਕੁ ਅੰਡੇ ਉਹ ਕੋ ਜਮਾ ਵਾ ਤੇ ਹੁਣ ਅਸੀਂ ਉਹ ਵੀ 3 ਅੰਡੇ ਲਿਆਵਾਂਗੇ ਤੇ ਉਹ ਵੀ 3 ਅੰਡੇ ਜਿਹੜੇ ਆ ਨਾ ਆਪਣੀ ਮੁਰਗੀ ਦੇ ਨੀਚੇ ਰੱਖਾਂਗੇ। ਪਹਿਲੇ ਟੋਟਲ 14 ਅੰਡੇ ਸੀਗੇ, ਉਹਨਾਂ 'ਚ 2 ਟੁੱਟ ਗਏ ਮਗਰ 12 ਰਹਿ ਗਏ ਤੇ 12 ਵਿੱਚ ਹੁਣ 3 ਉਹ ਲੈਣ ਗਿਆ ਵਾ, ਉਹ ਪਾ ਕੇ ਤਕਰੀਬਨ ਟੋਟਲ 15 ਅੰਡੇ ਹੋ ਜਾਣੇ ਆ। ਤੇ ਤੁਹਾਨੂੰ ਪਤਾ ਵਾ ਕਿ ਪਿਛਲੇ ਵਲੋਗ ਦੇ ਵਿੱਚ ਅਸੀਂ ਨਾ ਆਪਣਾ ਕਬੂਤਰਾਂ ਵਾਲਾ ਕੇਜ ਸਾਫ਼ ਕਰ ਰਹੇ ਸੀਗੇ, ਇਹਦੀ ਆਪਣੇ ਮੁਕੰਮਲ ਸਫਾਈ ਕਰਦੀ ਹੋਈ ਆ ਤੇ ਹੁਣ ਮੈਂ ਤੁਹਾਨੂੰ ਅੰਦਰੋਂ ਦਿਖਾ ਦਵਾਂ ਕਿ ਅਸੀਂ ਟੋਕਰੀ ਦੀ ਸੈਟਿੰਗ ਜਿਹੜੀ ਆ ਉਹ ਕਿੱਦਾਂ ਕੀਤੀ ਆ ਔਰ ਆਪਣੇ ਕਬੂਤਰ ਮਾਸ਼ਾਅੱਲਾ ਐਕਟਿਵ ਆ ਕਿ ਨਹੀਂ ਐਕਟਿਵ ਹੈਗੇ। ਆਹ ਜਨਾਬ ਮਾਸ਼ਾਅੱਲਾ ਚੈੱਕ ਕਰੋ, ਆਪਣਾ ਲੱਖਾ ਕਬੂਤਰ ਬੈਠਾ ਹੋਇਆ ਵਾ ਔਰ ਅੰਦਰੋਂ ਅਸੀਂ ਪੂਰਾ ਸੈਨੇਟਾਈਜ਼ ਕੀਤਾ ਵਾ ਡਿਟੋਲ ਨਾਲ, ਔਰ ਜਿਹੜੀ ਮੋਰਟੀਨ ਸਪਰੇਅ ਹੁੰਦੀ ਆ ਉਹ ਮਾਰ ਕੇ ਅੱਛੇ ਤਰੀਕੇ ਨਾਲ ਆਪਣਾ ਕੇਜ ਧੋਤਾ ਵਾ। ਦਰਮਿਆਨ ਦੇ ਵਿੱਚ ਅਸੀਂ ਵਾਂਸ ਲਾਤਾ ਵਾ ਤਾਂ ਕਿ ਸਾਡੇ ਕਬੂਤਰ ਜਿਹੜੇ ਨਾ ਵਾਂਸ ਦੇ ਉੱਪਰ ਵੀ ਬਹਿ ਜਾਣ ਔਰ ਪੂਰਾ ਮਤਲਬ ਕਿ ਐਕਟਿਵ ਰਹਿਣ, ਤੰਦਰੁਸਤ ਰਹਿਣ। ਔਰ ਮਾਸ਼ਾਅੱਲਾ ਤੁਸੀਂ ਚੈੱਕ ਕਰੋ, ਕੋਈ ਵੀ ਕਬੂਤਰ ਹੁਣ ਆਪਣਾ ਐਸਾ ਨਹੀਂ ਹੈਗਾ ਜਿਹੜਾ ਬਿਮਾਰ ਹੋਵੇ। ਬਿਮਾਰੀ ਆਉਣ ਦੇ ਨਾਲ, ਵਾਇਰਸ ਆਉਣ ਦੇ ਨਾਲ ਆਪਣੇ ਬਹੁਤ ਸਾਰੇ ਕਬੂਤਰ ਮਰੇ ਆ ਔਰ ਆਪਣੇ ਕੋਲ ਸਿਰਫ ਥੋੜ੍ਹੇ ਜਿਹੇ ਕਬੂਤਰ ਰਹਿ ਗਏ ਆ। ਹੁਣ ਜਨਾਬ ਅਸੀਂ ਇਹ ਸੋਚਿਆ ਵਾ ਕਿ ਅਸੀਂ ਨਾ ਇੱਕ ਤਾਂ ਅਡੋਨ ਵਾਲੇ ਕਬੂਤਰ ਰੱਖਣੇ ਆ 4-5, ਤੁਹਾਨੂੰ ਅਡੋਨ ਦਾ ਸ਼ੋਅ ਕਰਾਇਆ ਕਰਨਾ, ਤੇ ਦੂਸਰੇ ਨੰਬਰ ਤੇ ਅਸੀਂ ਫੈਂਸੀ ਕਬੂਤਰ ਰੱਖਣ ਦਾ ਸੋਚ ਰਹੇ ਹਾਂ। ਉਹਨਾਂ ਵਾਸਤੇ ਅਸੀਂ ਸ਼ਾਇਦ ਅੱਜ ਕੇਜ ਵੀ ਲੈਣ ਜਾਈਏ, ਨਵਾਂ ਕੇਜ ਲਿਆਵਾਂਗੇ, ਉਹਦੇ ਵਿੱਚ ਅਸੀਂ ਸਿਰਫ ਫੈਂਸੀ ਕਬੂਤਰ ਹੀ ਰੱਖਾਂਗੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਵੀ ਦੇਖਣ ਨੂੰ ਮਿਲਣਗੀਆਂ। ਹਾਂ ਆ ਗਏ, ਕਿੰਨੇ ਅੰਡੇ ਲੱਭੇ? 4। ਇਹ ਟੋਟਲ ਹੁਣ ਕਿੰਨੇ ਹੋ ਗਏ? 2 ਟੁੱਟੇ, 14 ਪਹਿਲੇ ਸੀਗੇ, 12 ਰਹਿ ਗਏ ਤੇ 12 ਵਿੱਚ 4 ਹੋਰ ਪਾਏ ਆ, ਤਕਰੀਬਨ 16 ਅੰਡੇ ਹੋ ਗਏ। 16 ਅੰਡੇ ਹੋ ਗਏ ਅਮਾਰ ਮੈਸ ਜਨਾਬ ਅੰਡੇ ਲੈ ਕੇ ਪਹੁੰਚ ਗਏ ਹੋਏ ਆ। ਬਾਕੀ ਅੰਡੇ ਦਿਖਾ ਨਾ, ਬਾਕੀ ਅੰਡੇ ਅਸੀਂ ਸਾਰੇ ਰੱਖਤੇ ਜਿਹੜੇ ਸਾਡੇ ਕੋਲ ਹੈਗੇ ਸੀਗੇ ਤੇ ਹੁਣ ਆਹ ਜਿਹੜੇ 4 ਅੰਡੇ ਆਏ ਆ ਇਹ ਵੀ ਨਾ ਹੁਣ ਕੇਜ ਦੇ ਅੰਦਰ ਰੱਖਦੇ ਆ। ਛੱਬੋ ਰਾਣੀ ਨੂੰ ਵੀ ਬਾਹਰ ਕੱਢਿਆ ਵਾ, ਇਹਨੇ ਸੁਬਹ ਦਾ ਦਾਣਾ ਪਾਣੀ ਨਹੀਂ ਸੀ ਖਾਧਾ ਹੈਗਾ, ਅਸੀਂ ਕਿਹਾ ਜ਼ਰਾ ਇਹਨੂੰ ਬਾਹਰ ਕੱਢਦੇ ਹਾਂ, ਦਾਣਾ ਪਾਣੀ ਜਿਹੜਾ ਖਾ ਪੀ ਲਵੇ। ਤੁਸੀਂ ਦੇਖੋ ਮਾਸ਼ਾਅੱਲਾ ਦਾਣਾ ਖਾ ਰਹੀ ਆ, ਪਾਣੀ ਵੀ ਇਹਦੇ ਕੋਲ ਪਿਆ ਹੋਇਆ ਵਾ ਔਰ ਆਪਣੀ ਜਿਹੜੀ ਬਲੈਕ ਅਸੀਲ ਮੁਰਗੀ ਹੈ ਨਾ ਉਹ ਵੀ ਕੁੜਕ ਦੇ ਉੱਪਰ ਬਹਿ ਗਈ ਆ। ਜ਼ਰਾ ਮੈਂ ਤੁਹਾਨੂੰ ਨਾ ਕੇਜ ਖੋਲ ਕੇ ਦੀਦਾਰ ਕਰਵਾ ਦਿੰਨਾ ਵਾ। ਇਹ ਜਨਾਬ ਤੁਸੀਂ ਚੈੱਕ ਕਰੋ, ਇਹਦੇ ਥੱਲੇ ਅੰਡੇ ਯਾਰ ਸਾਰੇ ਕਵਰ ਨਹੀਂ ਹੋਏ ਹੈਗੇ। ਮੈਨੂੰ ਲੱਗਦਾ ਮੁਰਗੀ ਨਾ ਇਹ ਛੋਟੀ ਆ ਜਾਂ ਸਾਨੂੰ ਅੰਡੇ ਵਿੱਚੋਂ ਘਟਾਉਣੇ ਪੈਣੇ ਆ। ਬਾਕੀ ਉਹਨੇ ਕੁੜਕ ਮਾਰ ਲਈ ਆ ਅੰਡਿਆਂ ਦੇ ਉੱਪਰ, ਮਾਸ਼ਾਅੱਲਾ ਅੱਛੇ ਤਰੀਕੇ ਨਾਲ ਨਾ ਮੁਰਗੀ ਸਾਡੀ ਬਹਿ ਗਈ ਹੋਈ। ਐਸਾ ਲੱਗਿਆ ਵਾ ਅੱਜ ਦਾ ਵਲੋਗ, ਅੱਜ ਦੀ ਵੀਡੀਓ ਸਾਰੇ ਭਰਾਵਾਂ ਨੇ ਕਮੈਂਟ ਕਰਕੇ ਲਾਜ਼ਮੀ ਦੱਸਣਾ ਵਾ। ਨਾਲੇ ਜਿਹੜੇ ਭਰਾ ਨੇ, ਜਿਹੜੇ ਦੋਸਤ ਨੇ ਹਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ, ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰਕੇ ਜਾਣਾ ਵਾ। ਆਪਣਾ ਬਹੁਤ ਸਾਰਾ ਖਿਆਲ ਰੱਖਿਓ, ਦੁਆਵਾਂ 'ਚ ਯਾਦ ਰੱਖਿਓ। ਅੱਲਾ ਹਾਫਿਜ਼।